ਹਾਂਜੀ ਤੇ ਮਿੱਤਰ ਪਿਆਰਿਓ, ਕੀ ਹਾਲ ਚਾਲ? ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਸੋ ਇੱਕ ਲੰਬੇ ਸਮੇਂ ਬਾਅਦ ਨਵਾਂ ਵਲੌਗ, ਨਵੀਂ ਸ਼ੁਰੂਆਤ। ਸੋ ਕਿਵੇਂ ਹੋ ਸਾਰੇ ਜਣੇ? ਠੀਕ ਠਾਕ ਹੋ ਯੂਟਿਊਬ ਫੈਮਿਲੀ? ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਹੀ ਹੋਵੋਗੇ, ਅਤੇ ਮੈਂ ਵੀ ਆਲਮੋਸਟ ਠੀਕ ਠਾਕ ਹੀ ਹਾਂ। ਵਧੀਆ ਆ, ਕਿਰਪਾ ਆ ਬਾਬੇ ਦੀ, ਉੱਡੀ ਫਿਰਦੇ ਹਾਂ। ਅਤੇ ਅੱਜ ਦੇ ਵਲੌਗ ਦੀ ਕਰਦੇ ਹਾਂ ਸ਼ੁਰੂਆਤ। ਸੋ ਯਾਰ, ਕਾਫੀ ਦਿਨਾਂ ਤੋਂ ਮੈਂ ਬੀਜ਼ੀ ਬੂਜ਼ੀ ਜਿਹਾ ਬਹੁਤ ਚੱਲਦਾ ਸੀਗਾ। ਸੋ ਮੈਂ ਇੱਕ ਮਤਲਬ ਵਲੋਗ ਬਣਾਉਣ ਦਾ ਜੇ ਟਾਈਮ ਮਿਲਦਾ ਸੀ ਤਾਂ ਐਡਿਟ ਕਰਨ ਦਾ ਟਾਈਮ ਨਹੀਂ ਮਿਲਦਾ ਸੀਗਾ, ਹੈ ਨਾ? ਕਿਉਂਕਿ ਤੁਹਾਨੂੰ ਪਤਾ ਹੈ ਜਿਹੜੇ ਇੱਥੇ ਰਹਿੰਦੇ ਉਹਨਾਂ ਨੂੰ ਪਤਾ ਹੋਣਾ, ਜਿਹੜੇ ਨਹੀਂ ਰਹਿੰਦੇ ਉਹਨਾਂ ਦਾ ਕੋਈ ਨਾ ਕੋਈ ਰਿਸ਼ਤੇਦਾਰ, ਸੱਜਣ ਮਿੱਤਰ, ਬੇਲੀ ਜੇ, ਭੈਣ ਭਰਾ ਰਹਿੰਦਾ ਹੋਣਾ, ਉਹਨਾਂ ਨੂੰ ਪਤਾ ਹੀ ਹੋਣਾ, ਹੈ ਨਾ, ਵੀ ਕਿਵੇਂ ਲਾਈਫ ਥੋੜ੍ਹੀ ਬਹੁਤੀ ਬਿਜ਼ੀ ਹੋ ਜਾਂਦੀ ਹੈ, ਹੈ ਨਾ? ਅਤੇ ਉਹ ਅਸੀਂ ਨਾ ਪੈਰ ਜੇ ਨਹੀਂ ਲੱਗਣ ਡੇ ਸੀ, ਜਿੱਦਾਂ ਥੋੜ੍ਹੇ ਜੇ ਵੀ ਕਹਿ ਲਓ ਨਵੇਂ ਨਵੇਂ ਆਏ ਹਾਂ, ਅਤੇ ਉਹ ਨਵੇਂ ਨਵੇਂ ਆਉਣ ਦਾ ਕਰਕੇ ਹਜੇ ਸਿਸਟਮ ਜਿਹੇ 'ਚ ਨਹੀਂ ਆ ਰਹੇ ਸੀਗੇ, ਅਤੇ ਹੁਣ ਥੋੜ੍ਹਾ ਬਹੁਤ ਸਿਸਟਮ ਜਿਹੇ 'ਚ ਆਉਣ ਲੱਗੇ ਆ। ਅਤੇ ਹੁਣ ਕੋਸ਼ਿਸ਼ ਕਰੂੰਗਾ ਕਿ ਵਲੌਗ ਜਿਹੜਾ ਆ ਡੇਲੀ ਪਾ ਦੇਵਾਂ, ਜਾਂ ਡੇਲੀ ਤਾਂ ਚੱਲ ਨਹੀਂ ਪਊਗਾ, ਮੈਂ ਵਾਅਦਾ ਨਹੀਂ ਕਰਦਾ, ਪਰ ਹਾਂ ਇੱਕ ਅੱਧਾ ਦਿਨ ਛੱਡ ਕੇ ਵਲੌਗ ਪਾਉਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੂੰਗਾ। ਬਾਕੀ ਖੁਸ਼ ਹੋਣੀ ਵੀ ਉੱਧਰ ਆਪਣੇ ਘੁੰਮਣਾ ਘੁੰਮਦੇ ਫਿਰਦੇ ਰਹਿੰਦੇ ਆ, ਅਤੇ ਉਹਦੇ ਕੋਲ ਐਕਚੁਲੀ ਖੁਸ਼ ਤਾਂ ਇੱਦਾਂ ਆ, ਖੁਸ਼ ਨੂੰ ਐਡੀਟਿੰਗ ਨਹੀਂ ਆਉਂਦੀ ਵਲੌਗ ਦੀ, ਹੈ ਨਾ? ਅਤੇ ਉਹਦਾ ਕਰਕੇ ਫਿਰ ਹੁਣ ਮੈਂ ਉਹਨੂੰ ਮੈਂ ਇੱਧਰੋਂ ਵਲੌਗ ਬਣਾ ਕੇ ਭੇਜ ਦੇਵਾਂ, ਇਹ ਵੀ ਨਹੀਂ ਹੋ ਸਕਦਾ ਵੀ ਖੁਸ਼ ਐਡਿਟ ਕਰ ਲਵੇ, ਅਤੇ ਖੁਸ਼ ਉੱਧਰੋਂ ਵਲੌਗ ਬਣਾ ਕੇ ਜਦੋਂ ਮੈਨੂੰ ਭੇਜਦੀ ਹੈ ਤਾਂ ਮੇਰੇ ਕੋਲ ਉਹ ਕਲਿੱਪ ਆਉਂਦੇ ਅੱਗੇ ਪਿੱਛੇ, ਹੈ ਨਾ? ਜਿੱਦਾਂ ਜਿੱਦਾਂ ਵੀ ਉਹ ਮਤਲਬ ਪੋਸੀਬਲ ਹੁੰਦਾ ਉਹ ਭੇਜਦੀ ਆ, ਉਹ ਵੀ ਮੈਨੂੰ ਟਾਈਮ ਚਾਹੀਦਾ ਹੁੰਦਾ ਕਿ ਪੇਸ਼ੈਂਸ ਨਾਲ ਬਹਿ ਕੇ ਵਲੌਗ ਐਡਿਟ ਕਰਾਂ, ਕਿਉਂਕਿ ਕੋਈ ਮਤਲਬ ਇੱਦਾਂ ਦਾ ਵਲੌਗ ਦੇ ਵਿੱਚ ਗੱਲ ਨਾ ਪਵੇਗੀ ਜਿਹਦੇ ਨਾਲ, ਹੈ ਨਾ, ਸਹੀ ਨਾ ਹੋਵੇ, ਜਾਂ ਕਈ ਵਾਰੀ ਵਲਗਰ ਚੀਜ਼ ਨਾ ਹੋਵੇ, ਹੈ ਨਾ? ਆਪਣੇ ਤੁਹਾਨੂੰ ਪਤਾ ਆਪਣੇ ਜੈਨੂਅਨ ਵਲੌਗ ਹੁੰਦੇ, ਫੈਮਿਲੀ ਵਲੌਗ ਹੁੰਦੇ, ਆਪਾਂ ਇੱਦਾਂ ਦੀ ਕੋਈ ਚੀਜ਼ ਰੀਪ੍ਰਜੈਂਟ ਨਹੀਂ ਕਰਨਾ ਚਾਹੁੰਦੇ ਕਿ ਕੱਲ੍ਹ ਨੂੰ ਸਾਨੂੰ ਕੋਈ ਰੋਸਟ ਕਰਦਾ ਫਿਰੇ, ਹੈ ਨਾ? ਸੋ ਇਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਧਿਆਨ ਰੱਖਣ ਦਾ ਕਰਕੇ ਮੈਂ ਕਹਿੰਦਾ ਨਾ ਵੀ ਅੱਜ ਕਾਹਲੀ ਕਰਨ ਨਾਲੋਂ ਚੰਗਾ ਸਬਰ ਨਾਲ ਚੱਲ ਜਾਓ, ਤਾਂ ਕਿ ਐਡੀਟਿੰਗ ਵਧੀਆ ਤਰੀਕੇ ਨਾਲ ਕਰਕੇ, ਸਬਰ ਸੰਤੋਖ ਨਾਲ ਐਡੀਟਿੰਗ ਕਰਕੇ, ਸੁਣ ਕੇ ਅਤੇ ਫਿਰ ਵਲੌਗ ਪਾਇਆ ਜਾਵੇ, ਹੈ ਨਾ? ਕਈ ਵਾਰੀ ਫੈਮਿਲੀ ਦੀਆਂ ਗੱਲਾਂ ਹੁੰਦੀਆਂ, ਕਿਉਂਕਿ ਵਲੌਗ ਸਾਡਾ ਹੁੰਦਾ ਫੈਮਿਲੀ ਦਾ, ਫੈਮਿਲੀ 'ਚ ਕਈ ਵਾਰੀ ਇਹੋ ਜਿਹੀਆਂ ਗੱਲਾਂ ਹੁੰਦੀਆਂ ਜਿਹੜੀਆਂ ਨਹੀਂ ਵੀ ਬੰਦਾ ਸੋਸ਼ਲ ਮੀਡੀਆ 'ਤੇ ਕਰਨ ਵਾਲਾ ਯੋਗਾ ਹੁੰਦਾ, ਅਤੇ ਉਹ ਕਈ ਵਾਰੀ ਵਲੌਗ ਦੇ ਵਿੱਚ ਰਿਕਾਰਡਰ ਹੁੰਦੀਆਂ ਆ, ਅਤੇ ਉਹ ਫਿਰ ਐਡਿਟ ਕਰਕੇ ਪਾਉਣੀਆਂ ਪੈਂਦੀਆਂ, ਹੈ ਨਾ? ਸੁਣ ਸੋਚ ਸਮਝ ਕੇ ਕਈ ਵਾਰੀ ਬੰਦੇ ਨੇ ਉਹ ਚੀਜ਼ ਕਲਿੱਪ ਰਿਕਾਰਡ ਕਰ ਲਿਆ ਹੁੰਦਾ, ਉਦੋਂ ਉਹਨੂੰ ਉਸ ਦਿਮਾਗ ਨਾਲ ਨਹੀਂ ਕੀਤਾ ਹੁੰਦਾ, ਪਰ ਕਈ ਵਾਰੀ ਬੰਦਾ ਜਦੋਂ ਇਕੱਲਾ ਬਹਿ ਕੇ ਐਡਿਟ ਕਰਦਾ ਹੁੰਦਾ ਤਾਂ ਉਹਨੂੰ ਲੱਗਦਾ ਵੀ ਨਹੀਂ ਯਾਰ ਇਹ ਚੀਜ਼ ਵਲਗਰ ਹੋ ਸਕਦੀ ਆ, ਵੀ ਇਹ ਨਹੀਂ ਮੈਂ ਪਾਉਣੀ, ਹੈ ਨਾ? ਸੋ ਇਹਨਾਂ ਚੀਜ਼ਾਂ ਕਰਕੇ ਥੋੜ੍ਹਾ ਬਹੁਤਾ ਮੈਨੂੰ ਐਡੀਟਿੰਗ ਦੇ ਪ੍ਰੋਬਲਮ ਆਉਂਦੀ ਆ, ਅਤੇ ਬਾਕੀ ਤਾਂ ਬਾਕੀ ਸੁੱਖ ਸਾਂਦੇ ਰਹੇ। ਆਪਾਂ ਲੱਸੀ ਪੀਣ ਲੱਗੇ ਹਾਂ, ਅਤੇ ਇਹ ਲੱਸੀ ਇਹ ਮੈਂ ਬਣਾਈ ਆ, ਇੱਦਾਂ ਵੀ ਦਹੀਂ ਦੀ ਨਹੀਂ ਬਣਾਈ, ਇਹ ਮਿਲਦਾ ਯੋਗਰਟ, ਜਿਹੜਾ ਇੱਥੇ ਯੋਗਰਟ ਨਹੀਂ ਮਿਲਦੇ ਹੁੰਦੇ ਬਾਹਰ ਫਲੇਵਰ ਵਾਲੇ, ਅਤੇ ਉਹ ਫਲੇਵਰ ਵਾਲਾ ਯੋਗਰਟ ਲਿਆਂਦਾ ਸੀ, ਅਤੇ ਉਹਦਾ ਕਰਕੇ ਫਿਰ ਉਹ ਮੈਂ ਵਨੀਲਾ ਫਲੇਵਰ ਯੋਗਰਟ ਲਿਆਂਦਾ ਸੀ, ਅਤੇ ਉਹਦੇ ਵਿੱਚ ਜੱਟ ਨੇ ਕੀਤਾ ਥੋੜ੍ਹਾ ਜਿਹਾ ਪਾਣੀ ਮਿਕਸ, ਅਤੇ ਪਾਣੀ ਮਿਕਸ ਕਰਕੇ ਅਤੇ ਫਿਰ ਆਪਾਂ ਮਾਰਿਆ ਫੋਕ ਨਾਲ ਥੋੜ੍ਹਾ ਜਿਹਾ ਇਹਨੂੰ ਫੈਂਟਾ, ਅਤੇ ਹੁਣ ਐਨ ਬਣ ਗਈ ਹਵੇਲੀ ਵਰਗੀ ਪੂਰੀ ਲੱਸੀ, ਜਿੱਦਾਂ ਪੂਰੀ ਗਾੜੀ ਲੱਸੀ ਹੁੰਦੀ ਨਾ ਉੱਦਾਂ ਦੀ ਲੱਸੀ ਬਣ ਗਈ। ਉੱਦਾਂ ਤਾਂ ਯੋਗਰਟ ਜਿਹਾ ਖਾ ਹੁੰਦਾ ਚਮਚੇ ਨਾਲ, ਸਵਾਦ ਬਹੁਤ ਲੱਗਦਾ, ਮੈਂ ਇੱਕ ਦਿਨ ਲਿਆਂਦਾ ਸੀ ਅਤੇ ਮੈਨੂੰ ਬੜਾ ਵਧੀਆ ਲੱਗਾ, ਅਤੇ ਪਹਿਲਾਂ ਮੈਂ ਲਿਆਂਦਾ ਸੀ ਸਟ੍ਰੋਬਰੀ ਫਲੇਵਰ, ਅਤੇ ਹੁਣ ਮੈਂ ਇਸ ਵਾਰ ਲਿਆਂਦਾ ਵਨੀਲਾ ਫਲੇਵਰ, ਅਤੇ ਉਹ ਵਧੀਆ ਵਾ, ਵਧੀਆ ਟਾਈਮ ਪਾਸ ਹੋ ਜਾਂਦਾ, ਜਿੱਦਾਂ ਮਤਲਬ ਆਈਸਕ੍ਰੀਮ ਦਾ ਟੇਸਟ ਵਿੱਚ ਇਹ ਆ ਜਾਂਦਾ ਵਾ, ਅਤੇ ਦਹੀਂ ਖਾ, ਦਹੀਂ ਵਾਂਗੂ ਖਾਣਾ, ਦਹੀਂ ਵਾਂਗੂ ਖਾ ਲਓ। ਅਤੇ ਮੈਂ ਅੱਜ ਫਿਰ ਦੀ ਲੱਸੀ ਬਣਾ ਲਈ, ਅਤੇ ਮੈਂ ਕਿਹਾ ਚਲੋ ਲੱਸੀ ਬਣਾਉਂਦੇ ਹਾਂ, ਚਾਹ ਮੈਂ ਅੱਜ ਪੀਤੀ ਨਹੀਂ, ਦੁੱਧ ਲਿਆਉਣ ਵਾਲਾ ਸੀ, ਐਵੇਂ ਕਰ ਝੂਠ ਮਾਰਨਾ, ਟਾਈਮ ਨਹੀਂ ਲੱਗਾ, ਰਾਤੀ ਲੇਟ ਆਏ, 11 ਵਜੇ ਸਟੋਰ ਬੰਦ ਹੋ ਜਾਂਦਾ, ਅਤੇ ਆਪਾਂ ਸੁੱਖ ਨਾਲ 11:20 ਦੀ ਬੱਸ 'ਤੇ ਆਏ, ਅਤੇ ਰਾਤੀ 12 ਵਜੇ ਪਹੁੰਚਿਆ, ਅਤੇ ਦਾਲ ਚੌਲ ਬਣਾਏ ਸੀ, ਅਤੇ ਦਾਲ ਚੌਲ ਬਣਾ ਕੇ ਅਤੇ ਆਪਾਂ ਖਾ ਖੂ ਗਏ, ਅਤੇ ਸੌਂ ਗਏ, ਲੇਟੇ ਲੂਟੇ ਮਾਰ ਲਏ, ਕਿਉਂਕਿ ਮੇਰੀ ਜੋਬ ਹੈਗੀ ਸਾਈਕਲ ਸੂਕਲ ਜਿਹਾ ਚਲਾਉਣ ਦੀ, ਡਿਲੀਵਰੀ ਦੀ, ਅਤੇ ਉਹਦਾ ਕਰਕੇ ਫਿਰ ਮੈਂ ਸਾਈਕਲ ਸੂਕਲ ਚਲਾਉਂਦਾ, ਥੋੜ੍ਹਾ ਬਹੁਤਾ ਥੱਕ ਥੁੱਕ ਜਾਈਦਾ, ਅਤੇ ਫਿਰ ਆ ਕੇ ਘਰ ਦੇਣਾ, ਗੱਲ ਗੁੱਲ ਕਰਨ ਦਾ ਉੰਨਾ ਕੁ ਟਾਈਮ ਹੁੰਦਾ, ਉੰਨਾ ਕੁ ਫਿਰ ਮੈਂ ਤਾਂ ਕੁਛ ਗੱਲ ਗੁੱਲ ਕਰਨ ਲੱਗ ਜਾਈਦਾ, ਅਤੇ ਉਹਨਾਂ ਨੂੰ ਫਿਰ ਵਲੌਗ ਦਾ ਚੇਤਾ ਹੀ ਭੁੱਲ ਜਾਂਦਾ, ਐਵੇਂ ਤੁਹਾਨੂੰ ਝੂਠ ਕਾਹ ਤੋਂ ਮਾਰੀਏ, ਹੈ ਨਾ? ਅਤੇ ਬਾਕੀ ਕੋਈ ਨਹੀਂ, ਮੈਂ ਕੋਸ਼ਿਸ਼ ਕਰੂੰਗਾ ਕਿ ਵਲੌਗ ਜਿਹੜਾ ਆ ਆਪਣੇ, ਚਲੋ ਜਿੰਨਾ ਬਣਦਾ ਉੰਨਾ ਬਣਾ ਸਕਿਆ ਕਰਾਂ, ਕਿਉਂਕਿ ਯਾਰ ਹੁਣ ਵਲੌਗ ਐਕਚੁਲੀ ਇੱਦਾਂ ਹੁੰਦਾ ਵੀ ਕੋਈ ਨਵੀਂ ਚੀਜ਼ ਵਿਖਾਈਏ ਤੁਹਾਨੂੰ, ਹੈ ਨਾ, ਅਤੇ ਉਹੀ ਕਮਰਾ ਵਿਖਾਈ ਜਾਈਏ, ਅਤੇ ਉਹੀ ਤੁਹਾਨੂੰ ਆਪਣਾ ਮਤਲਬ ਕੋਈ ਗੱਲ ਨਾ ਬਣੇ ਅਤੇ ਕੋਈ ਬਾਤ ਨਾ ਬਣੇ, ਅਤੇ ਉਹ ਚੀਜ਼ਾਂ ਵਿਖਾਉਣ ਦਾ ਵੀ ਕੋਈ ਫਾਇਦਾ ਨਹੀਂ, ਹੈ ਨਾ? ਤੁਸੀਂ ਵੀ ਐਕਸਾਈਟਮੈਂਟ ਵੀ ਘੱਟਦੀ ਤੁਹਾਡੀ, ਹੈ ਨਾ? ਅਤੇ ਉਹ ਚੱਕਰ ਦਾ ਕਰਕੇ ਫਿਰ ਮੈਨੂੰ ਹੁੰਦਾ ਵੀ ਚੱਲ ਕੋਈ ਯਾਰ ਨਵੀਂ ਚੀਜ਼ ਵਿਖਾਈਏ, ਹੈ ਨਾ? ਅਤੇ ਤਾਂ ਕਰਕੇ ਥੋੜ੍ਹਾ ਜਿਹਾ ਚੱਕਰ ਜਿਹਾ ਪੈ ਜਾਂਦਾ, ਉੱਦਾਂ ਤਾਂ ਕੋਈ ਚੱਕਰ ਨਹੀਂ ਹੈਗਾ, ਨਹੀਂ ਤਾਂ ਮੇਰੇ ਵੱਲੋਂ ਤਾਂ ਮੈਂ ਭਾਵੇਂ ਕੈਮਰਾ ਇੱਥੇ ਲੈ ਕੇ ਸਾਰੀ ਦਿਹਾੜੀ ਘੁੰਮੀ ਜਾਵਾਂ, ਮੈਂ ਤਾਂ ਭਾਵੇਂ 1.5-2 ਘੰਟੇ ਦਾ ਵਲੌਗ ਬਣਾ ਲਵਾਂ, ਜਿੰਨਾ ਇੱਥੇ ਅਸੀਂ ਖੱਪ ਮੇਲਾ ਕਰੀਦਾ, ਅਤੇ ਉਹ ਚੱਕਰ ਜਿਹਾ ਹੋ ਜਾਂਦਾ ਫਿਰ। ਹੁਣ ਇੱਥੇ ਮੁੰਡੇ ਮੁੰਡੇ ਰਹਿੰਦੇ ਫਿਰ ਤੁਹਾਡੇ ਸਾਹਮਣੇ, ਫਿਰ ਮੁੰਡੇ ਮੁੰਡਿਆਂ ਦੇ ਵਿੱਚ ਵਲੌਗ ਵਲੂ ਬਣਾਉਣਾ, ਗਾਲਾਂ ਗੂਲਾਂ ਦੀ ਵੀ ਆਦਤ ਪਈ ਜਨਤਾ ਨੂੰ,
ਅਤੇ ਜਨਤਾ ਫਿਰ ਦੇਖਦੀ ਨਹੀਂ ਵਲੋਗ 'ਚ ਗਾਲਾਂ ਕੱਢਣੀਆਂ ਕੀ ਕੱਢਣੀਆਂ, ਅਤੇ ਉਹ ਫਿਰ ਉੱਦਾਂ ਹੀ ਚੱਲਦਾ ਰਹਿੰਦਾ, ਅਤੇ ਫਿਰ ਉਹਦਾ ਕਰਕੇ ਫਿਰ ਉਹ ਸਾਰਾ ਕਲਿੱਪ ਬਣਾਇਆ ਹੁੰਦਾ, ਅਤੇ ਉਹ ਐਂਡ 'ਤੇ ਆ ਕੇ ਕੜੀ ਘੋਲ ਦਿੰਦੇ। ਅਤੇ ਚਲੋ ਜੋ ਵੀ ਆ, ਅਤੇ ਮੈਂ ਲੱਸੀ ਲੁੱਸੀ ਪੀ ਲਵਾਂ, ਅਤੇ ਫਿਰ ਕਰਦੇ ਹਾਂ ਅੱਗੇ ਕੰਟੀਨਿਊ। ਅਤੇ ਅੱਜ ਤੁਹਾਨੂੰ ਵਲੋਗ ਦਿਖਾਉਂਦੇ ਬਾਹਰ ਦਾ ਸਿਸਟਮ ਕਿਵੇਂ, ਬੱਸ ਬੁਸ ਲੈਂਦੇ ਹਾਂ ਅਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ। ਹਾਂਜੀ ਅਤੇ ਮਿੱਤਰ ਪਿਆਰਿਓ, ਆਪਾਂ ਰੈਡੀ ਹਾਂ ਹੁਣ, ਆਪਾਂ ਚੱਲੇ ਹਾਂ ਬਾਹਰ ਕੰਮ 'ਤੇ। ਅਤੇ ਸੁੱਖ ਨਾਲ ਲੋਕਾਂ ਦਾ ਜਿਹੜੀ ਲੱਸੀ ਲੁੱਸੀ ਪੀਂਦੇ, ਲੋਕ 8 ਵਜੇ ਪੀ ਲੈਂਦੇ ਜਾਂ ਪੀਂਦੇ ਦੁਪਹਿਰ ਨੂੰ, ਅਤੇ ਆਪਾਂ ਲੱਸੀ ਪੀਤੀ 12 ਵਜੇ ਦੁਪਹਿਰ ਨਹੀਂ, ਪਰ ਬਰੇ ਉਲਟਾ ਹੋ ਗਿਆ, ਲੋਕ ਇਹ ਚੀਜ਼ 7:30 ਵਜੇ ਕਰਦੇ, ਅਤੇ ਮੈਂ ਖਾਣ ਲੱਗਾ 2:30 ਵਜੇ। ਰੋਟੀ ਬਣਾਉਣ ਦਾ ਟਾਈਮ ਹੈ ਨਹੀਂ ਕਿਉਂਕਿ ਲੇਟ ਹੋ ਜਾਣਾ, ਅਤੇ ਇਸ ਲਈ ਮੈਂ ਚੱਲ ਭਰਾਵਾ। ਅਸਲ 'ਚ ਨਾ ਇੱਥੇ ਆਹੀ ਕੁਛ ਹੀ ਚੱਲਦਾ ਯਾਰ, ਇਹ ਕੁਝ ਖਾਵਾਂਗੇ ਅਤੇ ਕੰਮ 'ਤੇ ਟਾਈਮ ਨਾਲ ਪਹੁੰਚਾਂਗੇ, ਅਦਰਵਾਈਜ਼ ਰੋਟੀਆਂ ਬਣਾਉਣ ਲੱਗ ਗਏ ਨਾ ਫਿਰ ਤਾਂ ਸਰ ਗਿਆ। ਰੋਟੀ ਰਾਤ ਰੂਤ ਨੂੰ ਹੀ ਖਾਈਦੀ ਆ, ਕਿਤੇ ਦੁਪਹਿਰੇ ਵਿਹਲੇ ਹੋਈਏ ਜਾਂ ਨਾ ਹੋਈਏ ਤਾਂ ਫਿਰ ਰੋਟੀ ਦੁਪਹਿਰ ਨੂੰ ਬਣਾ ਲਈ ਦੀ, ਅਦਰਵਾਈਜ਼ ਮੋਸਟਲੀ ਰਾਤ ਦੀ ਰੋਟੀ ਖਾਈਦੀ ਆ, ਹੋਰ ਕਦੀ ਰੋਟੀ ਨਹੀਂ ਖਾ ਹੁੰਦੀ। ਅਤੇ ਹੁਣ ਮੈਂ ਖਾ ਖੂ ਲਵਾਂ, ਫਿਰ ਇਹ ਵੀ ਨਾ ਠੰਡਾ ਹੋ ਜਾਏ, ਕਿਉਂਕਿ ਇਹ ਠੰਡਾ ਹੋ ਗਿਆ ਤਾਂ ਸਵਾਦ ਨਹੀਂ ਲੱਗਣਾ। ਅਤੇ ਬਾਕੀ ਖੁਸ਼ ਹੋਣੀ ਕੀ ਕਰਦੇ ਆ, ਜੋ ਦੇਖਦੇ। ਹਾਂਜੀ ਅਤੇ ਸਤਿ ਸ਼੍ਰੀ ਅਕਾਲ ਸਾਹ ਜਾਨੀ, ਕਿਵੇਂ ਉਮੀਦ ਕਰਦੇ ਹਾਂ ਕਿ ਠੀਕ ਹੋਵੋਗੇ। ਅਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਮੈਂ ਥੋੜ੍ਹੇ ਦਿਨ ਉੱਧਰ ਥੋੜ੍ਹੇ ਦਿਨ ਇੱਧਰ, ਅਤੇ ਮੈਂ ਇੱਧਰ ਰਹਿਣ ਆਈ ਹੋਈ ਸੀਗੀ, ਅਤੇ ਇੱਧਰ ਦਾ ਮਾਹੌਲ ਵੀ ਬਹੁਤ ਵਧੀਆ ਆ, ਖੁੱਲ੍ਹਾ ਖੁੱਲ੍ਹਾ ਆ। ਅਵਨੀਤ ਇੰਨੀ ਖੁਸ਼ ਆ ਨਾ ਇੱਥੇ ਕਿ ਇਹਨੂੰ ਇਹ ਘੁੰਮਣ ਫਿਰਨ ਨੂੰ ਤੇਜ਼ ਤੇਜ਼ ਮਿਲਦਾ ਆ, ਕਦੇ ਮੈਂ ਭੱਜ, ਕਦੇ ਮੰਮੀ ਭੱਜ, ਅਤੇ ਕਦੇ ਡੈਡੀ ਭੱਜ। ਸਾਡੀ ਤਿੰਨਾਂ ਦੀ ਡਿਊਟੀ ਇਹੀ ਲੱਗੀ ਰਹਿੰਦੀ ਸੀ, ਕਦੇ ਫੜ ਲਓ, ਹਾਏ ਫੜ ਲਓ, ਡਿੱਗੀ, ਹਾਏ ਡਿੱਗੀ, ਇੱਦਾਂ ਹੀ ਰਹਿੰਦਾ ਸੀਗਾ। ਇੱਥੇ ਬਹੁਤ ਜ਼ਿਆਦਾ ਖੁੱਲ੍ਹਾ ਵਿਹੜਾ ਆ, ਅਤੇ ਵਧੀਆ ਸੀਗਾ ਮਾਹੌਲ, ਬਹੁਤ ਜ਼ਿਆਦਾ ਵਧੀਆ ਸੀਗਾ। ਥੋੜ੍ਹਾ ਜਿਹਾ ਮੇਰੀ ਸਿਹਤ ਨਾ ਠੀਕ ਹੋਣ ਕਰਕੇ ਅਤੇ ਮੈਨੂੰ ਥੋੜ੍ਹਾ, ਮਤਲਬ ਮੈਨੂੰ ਹੋ ਗਏ, ਮੈਂ 15 ਨੂੰ ਆਈ ਸੀਗੀ ਅਤੇ 10-12 ਦਿਨ ਲਗਾ ਲਓ ਮੈਨੂੰ ਹੋ ਗਏ ਆ। ਕੁਛ ਮੇਰੀ ਸਿਹਤ ਨਾ ਠੀਕ ਹੋਣ ਕਰਕੇ ਇੱਥੇ ਕੋਈ ਡਾਕਟਰ ਨਹੀਂ ਸੀਗਾ, ਅਤੇ ਮੈਂ ਡਾਕਟਰ ਚੈੱਕਅਪ ਲੈਣਾ ਸੀਗਾ, ਅਤੇ ਮੈਂ ਕਿਹਾ ਨਾਨੀ ਹਾਊਸ ਜਾਣਾ ਕਿ ਦਾਦੀ ਹਾਊਸ ਰਹਿਣਾ, ਕਰੋ ਵਾਅਦਾ ਅੱਜ, ਨਹੀਂ ਤਾਂ ਨਾਨੀ ਹਾਊਸ ਜਾਣਾ ਕਿ ਦਾਦੀ ਹਾਊਸ, ਕਿੱਥੇ ਰਹਿਣਾ, ਕਿੱਥੇ ਜਾਣਾ, ਦਾਦੀ ਹਾਊਸ ਜਾਂ ਨਾਨੀ ਹਾਊਸ, ਕਿੱਥੇ ਜਾਣਾ। ਉਹ ਬਸ ਇੱਦਾਂ ਹੀ ਕਰਦੀ ਹੈ, ਕਦੇ ਕੁਛ ਕਦੇ ਕੁਛ। ਅਤੇ ਹੁਣ ਅਸੀਂ ਰੈਡੀ ਹਾਂ, ਅਤੇ ਮੈਂ ਜਾਊਂਗੀ ਉੱਧਰ ਥੋੜ੍ਹੇ ਦਿਨ ਲਈ। ਨਹੀਂ ਇੱਥੇ ਸਾਨੂੰ ਕੌਣ ਛੱਡਣ ਆਇਆ ਸੀ, ਸਾਨੂੰ ਦਾਦੀ ਛੱਡਣ ਆਏ ਸੀ। ਹਾਂ ਉਹ ਦਾਦੀ ਛੱਡਣ ਆਏ ਸੀ, ਕਹਿੰਦੇ ਫੇ ਆ ਜਾਈਓ ਭਾਵਾ, ਤੁਸੀਂ ਫੇ ਆ ਜਾਈਓ, ਸੁਸਤੂ ਮੱਲ। ਹਾਂਜੀ ਅਤੇ ਲਓ ਵੀ ਹੁਣ ਆਪਾਂ ਚੱਲੇ ਹਾਂ ਕੰਮ 'ਤੇ, ਅਤੇ ਦੁਪਹਿਰਾ ਹੋ ਗਿਆ, ਅਤੇ ਚਲੋ ਜੋ ਦੇਰ ਆਵੇ ਦਰੁਸਤ ਆਵੇ, ਅਤੇ ਰੋਟੀ ਪਾਣੀ ਆਪਾਂ ਖਾ ਲਿਆ, ਰੋਟੀ ਪਾਣੀ ਖਾਧਾ ਉਹਦੇ ਹਲਕਾ ਫੁਲਕਾ ਜਿਹਾ ਖਾ ਲਿਆ, ਅਤੇ ਉੱਥੋਂ ਦੇਖਾਂਗੇ ਕੁਝ ਖਾਂਦੇ, ਭੁੱਖ ਲੱਗੀ ਤਾਂ ਖਾ ਲਾਂਗੇ ਹਲਦੀ ਘੜੀ। ਅਤੇ ਬੱਸ ਆਉਣ ਵਾਲੀ ਆ, ਅਤੇ ਹੁਣ ਬੱਸ ਬੁਸ ਫੜਾਂਗੇ, ਅਤੇ ਫਿਰ ਆਪਾਂ ਚੱਲਦੇ ਹਾਂ। ਅਤੇ ਵਲੋਗਰ ਨੂੰ ਇੱਥੇ ਬੜਾ ਦੇਖਦੇ ਭਰਾਵਾ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਵਲੋਗਿੰਗ ਕਰਦਾ ਹੈ ਪੂਰੇ। ਅਤੇ ਚਲੋ ਦੇਖਦੇ ਹਾਂ। ਹਾਂ ਵੀ ਮਿੱਤਰਾ, ਆਪਾਂ ਪਹੁੰਚ ਗਏ ਹਾਂ ਬੱਸ ਅੱਡੇ, ਇਹ ਸਾਡਾ ਅੱਡਾ ਹੈ ਜੀ, ਇੱਥੇ ਆਪਾਂ ਬਹਿ ਕੇ ਬੱਸ ਉਡੀਕਾਂਗੇ। ਆਉਣ ਵਾਲੀ ਆ ਵਾ 5-7 ਮਿੰਟਾਂ ਦੇ ਵਿੱਚ ਬੱਸ ਆਉਣ ਵਾਲੀ ਆ, ਅਤੇ ਉੱਦਾਂ ਤਾਂ ਆਪਾਂ ਜਿੰਨੇ ਜਦੋਂ ਕਿ ਬੱਸ ਆਉਣੀ ਹੁੰਦੀ ਉਦੋਂ ਕਿ ਮਤਲਬ ਨਿਕਲੀ ਦਾ ਬਾਹਰ ਘਰੋਂ, ਪਰ ਅੱਜ ਮੈਂ ਪਹਿਲਾਂ ਨਿਕਲ ਆਇਆ, ਮੈਂ ਤਿਆਰ ਹੋ ਗਿਆ ਇਹਨਾਂ ਕਿ ਕੀ ਕਰਨਾ। ਅਤੇ ਬਾਕੀ ਦੇਖੋ ਤੁਸੀਂ ਰੌਣਕ ਮੇਲਾ ਯਾਰ, ਪਤਾ ਗੱਡੀਆਂ ਦੀ ਬੜੀ ਵਰਾਇਟੀ ਯਾਰ, ਇੱਥੇ ਇੰਨੀਆਂ ਗੱਡੀਆਂ ਦੀਆਂ ਕੰਪਨੀਆਂ ਨਾ, ਅੱਧੀਆਂ ਤਾਂ ਪਤਾ ਵੀ ਨਹੀਂ ਲੱਗਦੀਆਂ ਕਿਹੜੀਆਂ ਕਿੱਥੋਂ ਆਈਆਂ ਅਤੇ ਕਿੱਦਾਂ ਦੀਆਂ। ਆਹ ਟੂਰਿਸਟ ਬੱਸ ਆ, ਪੋਲੈਂਡ ਵਗੈਰਾ ਵੱਲ ਨੂੰ ਜਾਂਦੀਆਂ ਜਿਹੜੀਆਂ। ਐਂਬੂਲੈਂਸ ਹੁਣੀ ਆ ਗਿਆ, ਤਾਂ ਹੁਣ ਐਂਬੂਲੈਂਸ ਹੁਣਾਂ ਨੂੰ ਦੇਖ ਰਾਹ ਮਿਲਣਾ। ਪਹਿਲਾਂ ਵੀ ਆਈ ਅਤੇ ਹੁਣ ਫੇਰ ਐਂਬੂਲੈਂਸ ਆ ਗਈ, ਇਹਨੇ ਮੈਨੂੰ ਫੇਰ ਹੀ ਬੋਲਣ ਦੇਣਾ, ਮੈਂ ਪਹਿਲਾਂ ਵੀ ਵਲੋਗ ਬੰਦ ਕੀਤਾ ਅਤੇ ਹੁਣ ਫੇਰ ਟੂਣ ਹੋਣ ਲੱਗ ਗਈ। ਚਲੋ ਜੋ ਵੀ ਆ, ਅਤੇ ਬਾਕੀ ਆਪਾਂ ਬੈਠੇ ਹਾਂ ਹੁਣ, ਧੁੱਪ ਬਹੁਤ ਸੋਹਣੀ ਲੱਗਣ ਲੱਗ ਗਈ ਹੁਣ, ਦੇਖੋ ਧੁੱਪ ਕਿਉਂਕਿ ਨਾ ਤੇਰੀ ਖਿੜਕੀ ਵੀ ਉੱਡੀ ਜਿੱਦਾਂ ਯੂਰਪ ਦੀ ਧੁੱਪ ਹੈ। ਹੁਣ ਪਤਾ ਲੱਗਾ ਕਿਉਂ ਕਹਿੰਦਾ ਸੀ ਤੇਰੀ ਖਿੜਕੀ ਵੀ ਉੱਡੀ ਜਿੱਦਾਂ ਯੂਰਪ ਦੀ ਧੁੱਪ ਹੈ। ਧੁੱਪ ਲੱਗੀ ਆ ਵੈਸੇ ਸਾਡੇ ਲਈ ਤਾਂ ਹਜੇ ਠੰਡ ਹੀ ਆ, ਅਤੇ ਬਾਕੀ ਲੋਕਾਂ ਲਈ ਤਾਂ ਇਹਨਾਂ ਲਈ ਤਾਂ ਗਰਮੀ ਆ ਗਈ ਹੈ, ਗੋਰਿਆਂ ਲਈ ਇਹਨਾਂ ਦਾ ਮਤਲਬ ਉਹ ਸੈਂਡੋਆਂ ਸੁੰਡੋਆਂ ਗਰਮੀਆਂ ਵਾਲੇ ਕੱਪੜੇ ਪਾਉਣੇ ਸ਼ੁਰੂ ਕਰਤੇ ਆ, ਅਤੇ ਸਾਡੇ ਲਈ ਹਜੇ ਠੰਡ ਆ ਵਿੱਚੋਂ, ਕਿਉਂਕਿ ਆਪਾਂ ਨੂੰ ਇਹ ਹਜੇ ਜਿਹਦੇ ਵਿੱਚ ਰਲੇ ਮਿਲੇ ਨਹੀਂ ਹੈਗੇ ਇਹਨਾਂ ਦੇ ਵਿੱਚ, ਹੈ ਨਾ, ਅਤੇ ਤਾਂ ਕਰਕੇ ਥੋੜ੍ਹਾ ਜਿਹਾ ਚੱਕਰ ਹੋ ਜਾਂਦਾ, ਬਾਕੀ ਉਹ ਤਾਂ ਵਧੀਆ ਸਾਰਾ ਸਿਸਟਮ ਹੈ ਨਾ। ਅਤੇ ਬਾਕੀ ਇਹਨਾਂ ਲਈ ਗਰਮੀ ਆ ਗਈ ਆ, ਸਾਡੇ ਲਈ ਹਜੇ ਨਹੀਂ ਆਈ, ਅਤੇ ਸਾਡੇ ਲਈ ਵੀ ਜਦੋਂ ਆਊਗੀ ਤਾਂ ਦੇਖੀ ਜਾਊ। ਅਤੇ ਹੁਣ ਜਦੋਂ ਤੁਸੀਂ ਦੇਖੋ ਬਾਹਰ ਦਾ ਰੌਣਕ ਮੇਲਾ, ਬਾਕੀ ਉਹਦੀਆਂ ਗੱਲਾਂ ਬਾਤਾਂ ਆਪਾਂ ਬਾਅਦ ਕਰਦੇ ਹਾਂ, ਬਸ ਆ ਜਾਈਏ ਪਹਿਲਾਂ।
ਬਲੈਕ ਮੈਜਿਕ ਬਲੈਕ ਮੈਜਿਕ ਲਾਈਕ ਅ ਬਲੈਕ ਪੀਪਲ।